ਟੈਸਟ ਡਰਾਈਵ ਲਵਾਂਗੇ ਤੇ, ਪਰ ਮੇਰੇ ਦਿਲ ਨੂੰ ਛੂ ਗਿਆ ਮੋਟਰਸਾਈਕਲ ਸਕੂਟਰ। ਲਓ ਜੀ ਆ ਗਿਆ ਹੁਣ ਟਾਈਮ ਅਤੇ ਆਪਾਂ ਐਕਟੀਵੇ ਦੀ ਡਿਲੀਵਰੀ ਲੈ ਰਹੇ ਹਾਂ 125 cc। ਉਹਦੇ ਫੀਚਰ ਵੀ ਮੈਂ ਤੁਹਾਨੂੰ ਦਿਖਾਊਂਗਾ। ਗੱਡੀ ਹੋ ਰਹੀ ਹੈ ਤਿਆਰ, ਦੇਖੋ ਇੱਧਰ। ਇੱਥੇ ਬੁਲਟ ਤੋਂ ਵੀ ਵਧੀਆ ਚੀਜ਼ ਖੜੀ ਹੈ ਇੱਕ, ਲੈ ਤਾਂ ਲਿਆ ਆਪਾਂ ਮਟਿਓਰ। ਦੇਖੋ ਤੁਸੀਂ ਹੈਂਡ ਸਟੇਅਰਿੰਗ ਥੋੜ੍ਹੇ ਹੈਂਡਲ 'ਤੇ ਵੀ ਇੰਡੀਕੇਟਰ ਹੈ ਬਾਈ, ਗਗਨ ਇੱਕ ਨੰਬਰ ਹੈ ਤਾਂ ਮੋਟਰਸਾਈਕਲ ਬਾਈ। 200 cc ਹੈ ਇਹ, ਔਰ ਫੁੱਲੀ ਅਸੈਸਰੀ ਫੁੱਲ ਲਾ ਕੇ ਦਿੱਤੀ ਹੋਈ ਹੈ। ਦੇਖੋ ਸਾਰਾ ਕੁਛ ਲਗਾ ਕੇ ਦੇ ਰਹੇ ਹਾਂ, ਮਤਲਬ ਕੁਛ ਜ਼ਿਆਦਾ ਸਮਾਨ ਲਾਉਣ ਦੀ ਲੋੜ, ਮਟਿਓਰ 'ਤੇ ਤਾਂ ਬਹੁਤ ਸਮਾਨ ਲਾਉਣਾ ਪਿਆ ਯਾਰ। ਵਾਹ ਜੀ ਵਾਹ ਬਾਈ, ਸਾਡਾ ਮਾਲਕ ਆ ਰਿਹਾ ਥੋੜ੍ਹੀ ਦੇਰ ਤੱਕ, ਅਤੇ ਗੱਡੀ ਦੇਖੋ ਤੁਸੀਂ ਇੱਕ ਨੰਬਰ, ਕਾਗਜ਼ ਕੁਗਜ਼ ਸਾਰੇ ਤਿਆਰ ਹੋ ਗਏ, ਨੰਬਰ ਲੱਗ ਗਿਆ ਟੈਂਪਰੇਰੀ, ਕਲਰ ਦੱਸਿਓ ਕਿਹਾ ਜਾ, ਅਤੇ ਲਓ ਜੀ ਪੇਪਰ ਰੈਡੀ ਹੋ ਗਏ। ਸਤਵਿੰਦਰ ਸਿੰਘ ਮਾਲਕ ਆ ਗਿਆ ਜੀ। ਹਾਂਜੀ ਮਾਲਕ ਸਾਹਿਬ, ਚਲੋ ਜੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਸੈਲੀਬ੍ਰੇਸ਼ਨ, ਕੋਂਗਰੈਚੁਲੇਸ਼ਨ ਜੀ। ਮੈਂ ਤੁਹਾਨੂੰ ਪਤਾ ਸੀ ਆਪਾਂ 125 cc ਹੋਂਡਾ ਐਕਟੀਵਾ ਦੀ ਹੁਣੀ ਡਿਲੀਵਰੀ ਲਿੱਤੀ ਸੀਗੀ ਤੁਹਾਨੂੰ। ਮੈਂ ਇਹਦੇ ਕੁਛ ਫੀਚਰ ਇਹੋ ਜਿਹੇ ਜਿਹੜੇ ਅੱਜ ਕੱਲ੍ਹ ਮਤਲਬ ਬਹੁਤ ਜ਼ਰੂਰੀ ਹੈ, ਤਾਂ ਸਭ ਤੋਂ ਪਹਿਲਾ ਫੀਚਰ ਇਹਦਾ ਮੈਂ ਦਿਖਾਉਂਦਾ ਤੁਹਾਨੂੰ ਸਟੈਂਡ ਵਾਲਾ, ਕਿਉਂਕਿ ਸਟੈਂਡ ਅਗਰ ਨੀਚੇ ਲੱਗ ਜਾਏ ਤਾਂ ਬਹੁਤ ਖਤਰਾ ਹੁੰਦਾ ਇਹਦਾ। ਦੇਖੋ ਸਭ ਤੋਂ ਪਹਿਲਾਂ ਇਹਦਾ ਸਟੈਂਡ ਜਿਹੜਾ ਇੱਥੇ ਇਹਦੇ ਉੱਪਰ ਸਾਈਨ ਆ ਜਾਂਦਾ ਸਟੈਂਡ ਦਾ, ਜਦ ਤੱਕ ਇਹ ਸਟੈਂਡ ਖੁੱਲ੍ਹਾ ਰਹੂਗਾ ਇਹ ਸਟਾਰਟ ਵੀ ਨਹੀਂ ਹੋਊਗਾ, ਇਹ ਤੁਸੀਂ ਸਟਾਰਟ ਵੀ ਨਹੀਂ ਕਰ ਸਕਦੇ ਇਹਨੂੰ। ਤੁਸੀਂ ਸਟੈਂਡ ਚੱਕੋ ਤਾਂ ਇਹ ਸਟਾਰਟ ਵੀ ਹੋ ਜਾਏਗਾ, ਇਹ ਸਭ ਤੋਂ ਵਧੀਆ ਫੀਚਰ ਹੈ। ਇੱਕ ਇਹਦਾ ਸਭ ਤੋਂ ਵਧੀਆ ਫੀਚਰ ਮੈਨੂੰ ਲੱਗਿਆ ਡਿਜੀਟਲ ਮੀਟਰ। ਦੇਖੋ ਤੁਸੀਂ ਡਿਜੀਟਲ ਮੀਟਰ ਦੇ ਵਿੱਚ ਟਾਈਮਿੰਗ, ਠੀਕ ਹੈ ਜੀ, ਇਹਦੀ ਜਿਹੜਾ ਆਡੀਓ ਔਰ ਟ੍ਰਿਪ ਔਰ ਫਿਊਲ ਇੰਡੀਕੇਸ਼ਨ, ਇੱਕ ਨੰਬਰ ਫੀਚਰ ਲੱਗਿਆ ਇਹਨੂੰ ਮੇਰਾ ਜਿਹੜਾ, ਇਹਦੇ ਵਿੱਚ ਤੁਸੀਂ ਇਹ ਬਟਨ ਲੱਗਿਆ ਹੋਇਆ ਉੱਪਰ, ਤੁਸੀਂ ਇਹਦੀ ਇਹ ਵੀ ਚੇਂਜ ਕਰ ਸਕਦੇ ਹੋ। ਦੇਖੋ ਹੁਣ ਇਹ ਟ੍ਰਿਪ ਆ ਗਿਆ ਇਹਦਾ, ਇਹ ਦੇਖੋ ਇਹਦੇ ਵਿੱਚ ਇਹ ਫਿਊਲ ਦਾ ਸਾਰਾ ਸਿਸਟਮ ਦੱਸਦਾ, ਇਹ ਦੇਖੋ ਐਵਰੇਜ ਵੀ ਦੱਸਦਾ 50.3। ਦੇਖੋ ਤੁਸੀਂ ਇਹ ਦੇਖੋ ਰੇਂਜ ਕਿੰਨਾ, ਜਿਹੜਾ ਆਪਾਂ ਟੈਂਕੀ ਫੁੱਲ ਕਰਾਈ ਹੋਈ ਹੈ 188 km ਚੱਲੇਗਾ ਇਹ ਇੱਕ ਟੈਂਕੀ ਦੇ ਵਿੱਚ। ਆਹ ਦੇਖੋ ਤੁਸੀਂ ਟੋਟਲ ਇਹ ਚੱਲ ਗਿਆ 37 km। ਇਹ ਫੀਚਰ ਮੈਨੂੰ ਸਭ ਤੋਂ ਵਧੀਆ ਲੱਗਿਆ ਇਹਦਾ। ਇੱਕ ਫੀਚਰ ਬਾਈ ਇਹਦੇ ਵਿੱਚ ਹੋਰ ਵਧੀਆ ਆਇਆ, ਵੈਸੇ ਤਾਂ ਇਹ ਆਮ ਐਕਟੀਵੇ ਵਿੱਚ ਨਹੀਂ ਆਉਂਦਾ, ਇਹ ਦੇਖੋ ਤੁਸੀਂ ਇੱਕ ਇੱਥੇ ਇੱਕ ਬੋਕਸ ਬਣਿਆ ਹੋਇਆ, ਇਹਦੇ ਵਿੱਚ ਤੁਸੀਂ ਕੁਛ ਵੀ ਰੱਖ ਸਕਦੇ ਹੋ, ਬਹੁਤ ਘੈਂਟ ਚੀਜ਼ ਬਣਾਈ ਹੈ। ਔਰ ਇੱਕ ਚੀਜ਼ ਹੋਰ ਹੈ ਇਹਦੇ 'ਚ, ਇਹ ਦੇਖੋ ਹੁੱਕ, ਹੁੱਕ ਕਿੰਨੀ ਸੋਹਣੀ ਬਣਾਈ ਹੈ ਇਹ, ਇਹ ਦੂਸਰੇ ਮੋਟਰ ਜਿਹੜੇ ਆਉਂਦੇ ਨਾ ਐਕਟੀਵੇ ਉਹਨਾਂ 'ਚ ਨਹੀਂ ਇਸ ਤਰ੍ਹਾਂ ਆਉਂਦੀ ਇਹ ਹੁੱਕ ਹੈ। ਦੇਖੋ ਇਹਦੇ 'ਚ ਆਪਾਂ ਕੁਛ ਵੀ ਫਸਾ ਸਕਦੇ ਹਾਂ, ਬਹੁਤ ਵਧੀਆ ਚੀਜ਼ ਹੈ। ਇੱਕ ਹੁੱਕ ਇਹਦੀ ਉਰੇ ਹੈ ਥੱਲੇ, ਆਹ ਦੇਖੋ ਇੱਕ ਹੁੱਕ ਇੱਧਰ ਹੈ,
ਇਹ ਵੀ ਬੜੀ ਘੈਂਟ ਚੀਜ਼ ਆ ਦੇਖੋ। ਔਰ ਇਹਦੇ ਜਿਹੜੇ ਫੁੱਟਰੈਸਟ ਹੈ ਨਾ, ਇਹ ਵੀ ਸਟੀਲ ਦੇ ਲੱਗੇ ਹੋਏ ਆ, ਦੂਜਿਆਂ 'ਚ ਪਲਾਸਟਿਕ ਦੇ ਆਉਂਦੇ ਆ, ਇਹ ਵੀ ਸਟੀਲ ਲਗਾ ਕੇ ਦੇ ਰਹੀ ਆ ਕੰਪਨੀ। ਔਰ ਸਾਰਾ ਕਰੋਮ ਆ ਇਹ ਦੇਖੋ, ਇੱਕ ਨੰਬਰ ਕਰੋਮ। ਇਹਦੇ ਵਿੱਚ ਇੱਕ ਹੋਰ ਬਹੁਤ ਵਧੀਆ ਫੀਚਰ ਆ ਜਿਹੜਾ ਹਰ ਐਕਟਿਵ ਵਿੱਚ ਹੋਣਾ ਚਾਹੀਦਾ, ਇਹ ਦੇਖੋ ਇਹਦੇ ਵਿੱਚ ਕੋਂਬੋ ਬ੍ਰੇਕ ਹੈ। ਦੇਖੋ ਤੁਸੀਂ ਦੋ ਲੀਡਾਂ ਇਹਦੇ ਵਿੱਚ, ਬਾਕੀ ਤੁਹਾਨੂੰ ਟਾਇਰ ਦੇ ਨੀਚੇ ਦੇਖੋ ਤੁਸੀਂ, ਇੱਥੇ ਡਬਲ ਡਬਲ ਪੈਡਲ ਲੱਗਿਆ ਹੋਇਆ ਸੀ। ਵੈਸੇ ਤਦ ਤੱਕ ਬਹੁਤ ਵਧੀਆ ਚੀਜ਼ ਆ, ਮਤਲਬ ਡਰਮ ਬ੍ਰੇਕ ਹੈ, ਜਿੱਥੇ ਮਰਜ਼ੀ ਜਾਮ ਕਰ ਸਕਦੇ ਇਹਨੂੰ ਤੁਸੀਂ। ਔਰ ਇਹਦੇ ਸ਼ੋਕਰ ਵੀ ਦੂਸਰੇ ਆਉਂਦੇ ਆ ਜਿਹੜੇ ਅੱਜ ਕੱਲ੍ਹ ਹੀਰੋ ਹੋਂਡਾ ਮੋਟਰਸਾਈਕਲਾਂ ਨੂੰ ਆਉਂਦੇ ਆ। ਇਹ ਦੇਖੋ ਸਾਰਾ ਕਰੋਮ ਹੈ। ਬਾਈ ਮੈਨੂੰ ਇਹਦਾ ਇੱਕ ਸਭ ਤੋਂ ਵਧੀਆ ਫੀਚਰ ਇਹ ਵੀ ਲੱਗਾ, ਇਹਦੇ ਵਿੱਚ ਈਕੋ ਸਿਸਟਮ ਵੀ ਹੈਗਾ, ਜਿਹੜਾ ਈਕੋ ਹੁੰਦਾ ਨਾ ਅੱਜ ਕੱਲ੍ਹ ਮੋਟਰਸਾਈਕਲਾਂ ਦੇ ਵਿੱਚ ਵੀ ਆਉਂਦਾ, ਅਤੇ ਇਹਦੇ ਵਿੱਚ ਹੁਣ ਐਕਟਿਵ ਵਿੱਚ ਵੀ ਇਹ ਈਕੋ ਸਿਸਟਮ ਆ ਗਿਆ। ਬਹੁਤ ਵਧੀਆ ਹੈ, ਦੇਖੋ ਇਹਦਾ ਬੂਟ ਸਪੇਸ ਦੇਖੋ, ਬਹੁਤ ਜ਼ਬਰਦਸਤ ਹੈ। ਕਿੱਟ ਰੱਖਣ ਵਾਸਤੇ ਅਲੱਗ ਸਪੈਸ਼ਲ ਜਗ੍ਹਾ ਹੈ, ਦੇਖੋ ਕਿੱਟ ਰੱਖ ਸਕਦੇ ਹਾਂ। ਬਾਕੀ ਇੱਧਰ ਮੈਡੀਕਲ ਕਿੱਟ ਆ ਗਈ, ਬਾਕੀ ਦੇਖੋ ਬੂਟ ਸਪੇਸ। ਔਰ ਭਾਈ ਇਹਦਾ ਫਿਊਲ ਟੈਂਕ ਵੀ ਬਾਹਰ ਹੈ ਹੁਣ, ਪਹਿਲਾਂ ਐਕਟਿਵ ਦਾ ਫਿਊਲ ਟੈਂਕ ਅੰਦਰ ਆਉਂਦਾ ਸੀ ਨਾ, ਹੁਣ ਤਾਂ ਫਿਊਲ ਟੈਂਕ ਬਾਹਰ ਹੈ ਦੇਖੋ। ਇਹ ਫਿਊਲ ਟੈਂਕ ਬਾਹਰ ਹੈ ਹੁਣ, ਇੱਥੇ ਆਪਾਂ ਨੂੰ ਅੰਦਰ ਸੀਟ ਚੱਕਣ ਦੀ ਲੋੜ ਨਹੀਂ। ਬਈ ਐਕਟਿਵਾ ਇੱਕ ਨੰਬਰ ਪਿਕਅਪ ਹੈ, ਇੱਕ ਨੰਬਰ ਕਲਰ ਹੈ, ਔਰ ਰੋਡ 'ਤੇ ਜੰਮ ਕੇ ਚੱਲਦਾ, ਔਰ ਰੇਟ ਵੀ ਜੈਨੂਅਨ ਹੈ। ਬਈ ਤੁਹਾਨੂੰ ਐਕਟਿਵੇ ਦੇ ਰਿਵਿਊ ਕਰਵਾਏ ਸੀ, ਤੁਹਾਨੂੰ ਸਾਰੀ ਡਿਟੇਲ ਦੱਸੀ ਐਕਟਿਵੇ ਦੀ ਮੈਂ, ਅਤੇ ਸਾਨੂੰ ਇਹ ਔਨ ਰੋਡ 99,000 ਦਾ ਪੈ ਗਿਆ। ਅਤੇ ਕਲਰ ਅਸੀਂ ਦੇਖੋ, ਤੁਸੀਂ ਇਹ ਤੁਹਾਨੂੰ ਦਿਖਾਇਆ ਸੀ ਪਹਿਲਾਂ, ਕਲਰ ਅਸੀਂ ਇਹ ਲਿੱਤਾ ਸੀਗਾ, ਮਟੈਲੀ ਕਲਰ ਹੈ ਗ੍ਰੇ, ਅਤੇ ਬਹੁਤ ਵਧੀਆ ਹੈ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਇਸ ਤੋਂ ਵਧੀਆ ਵੀਡੀਓ ਆਪਾਂ ਹੋਰ ਲੈ ਕੇ ਆਵਾਂਗੇ। ਅਤੇ ਆਪਣੇ ਭਰਾ ਨੂੰ ਪਿਆਰ ਦਿਓ, ਬਹੁਤ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ, ਜਦ ਤੱਕ ਲਈ ਰੱਬ ਰੱਖਾ। ਰੁਕੋ 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 ਜਰਾ ਰੁਕੋ ਬਾਈ, ਇੱਕ ਫਾਈਨਲ ਚੀਜ਼ ਰਹਿ ਗਈ ਸੀ, ਤੁਹਾਨੂੰ ਲਾਈਟ ਵੀ ਦਿਖਾਉਣੀ ਹੈ। ਇਹਦੀ ਲਾਈਟ ਇੰਨੀ ਜ਼ਬਰਦਸਤ ਹੈ ਨਾ ਯਾਰ, ਤੁਸੀਂ ਦੇਖੋ ਕਿਆ ਜ਼ਬਰਦਸਤ ਹੈ। ਇਹ ਤੁਹਾਨੂੰ ਦੂਜਾ ਦਿਖਾਉਂਦਾ ਵਾ, ਆਈ ਬੀਮ, ਓਏ ਹੋਏ ਦੇਖੋ ਤੁਸੀਂ।